ਪਿਸਤੌਲ ਦੀ ਨੋਕ ਤੇ ਲੁੱਟਾਂ ਕੋਹਾਂ ਵੱਡੀਆਂ ਡਕੈਤੀਆਂ ਦੀ ਵਾਰਦਾਤਾਂ ਖਬਰ ਦਾ ਵਿਸ਼ਾ ਹਮੇਸ਼ਾ ਹੀ ਰਹੀਆਂ ਹਨ, ਪਰ ਹੁਣ ਜੋ ਘਟਨਾ ਸਾਹਮਣੇ ਆਈ ਹੈ ਉਹ ਘਟਨਾ ਬਹੁਤ ਹੀ ਅਜੀਬੋ ਗਰੀਬ ਹੈ, ਜਿਸ ਵਿੱਚ ਪਿਸਤੌਲ ਦੀ ਨੋਕ ਤੇ ਤਿੰਨ ਨੌਜਵਾਨਾਂ ਵੱਲੋਂ ਦੁਕਾਨ ਤੋਂ ਪੈਂਟਾਂ ਸ਼ਰਟਾਂ ਲੈ ਕੇ ਰਫੂ ਚੱਕਰ ਹੋ ਜਾਂਦੇ ਹਨ ਅਤੇ ਇਹ ਸਾਰੀ ਘਟਨਾ ਨਾਲ ਲੱਗੇ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਜਾਂਦੀ ਹੈ। ਘਟਨਾ ਸ੍ਰੀ ਮੁਕਤਸਰ ਸਾਹਿਬ ਦੀ ਮੰਡੀ ਬਰੀਵਾਲਾ ਦੀ ਹੈ, ਜਿੱਥੇ ਓਸ਼ੀਆ ਪੀਜ਼ੀ ਨਾਮ ਦੀ ਗਾਰਮੈਂਟਸ ਦੀ ਦੁਕਾਨ ਤੇ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ। ਦੁਕਾਨ ਦੇ ਮਾਲਕ ਜਸਪਾਲ ਸਿੰਘ ਨੇ ਦੱਸਿਆ ਕਿ ਦੁਪਹਿਰ ਕਰੀਬ 3 ਵਜੇ ਉਹਨਾਂ ਦੀ ਦੁਕਾਨ ਨੇੜੇ ਗ੍ਰੇ ਰੰਗ ਦੀ ਜ਼ਿਨ ਕਾਰ ਰੁਕਦੀ ਹੈ, ਜਿਸ ਵਿੱਚੋਂ 3 ਨੌਜਵਾਨ ਉਤਰਦੇ ਹਨ ਅਤੇ ਦੁਕਾਨ ਦੇ ਵਿੱਚ ਨਵੀਆਂ ਪੈਂਟਾਂ ਸ਼ਰਟਾਂ ਵਿਖਾਉਣ ਲਈ ਕਹਿੰਦੇ ਹਨ, ਜਿਸ ਤੋਂ ਬਾਅਦ ਬੰਦੂਕ ਦੀ ਨੋਕ ਤੇ ਪਸੰਦ ਕੀਤੀਆਂ 4 ਪੈਂਟਾਂ ਅਤੇ 3 ਸ਼ਰਟਾਂ ਲੈ ਕੇ ਭੱਜ ਜਾਂਦੇ ਹਨ। ਜਸਪਾਲ ਸਿੰਘ ਜੀ, ਕੀ ਵਾਕਾ ਹੋਇਆ ਹੁਣ? ਇਹ ਸਾਰੇ 3 ਬੰਦੇ ਕਾਰ ਤੇ ਆਏ ਜੀ। ਠੀਕ ਹੈ। ਇਹ ਕਾਰ ਤੇ ਆ ਕੇ ਉਹਨਾਂ ਨੇ ਬੱਚਿਆਂ ਕੋਲੋਂ ਉੱਥੇ ਪੈਂਟਾਂ ਤੇ ਸ਼ਰਟਾਂ ਮੰਗੀਆਂ। ਠੀਕ ਹੈ ਜੀ। ਇਹਨਾਂ ਕੋਲੋਂ ਪੈਂਟਾਂ ਸ਼ਰਟਾਂ ਦੇਖ ਕੇ ਤੇ ਕਹਿਣ ਲੱਗੇ, ਇਹਨਾਂ ਨੇ ਜਦੋਂ ਆਖਿਆ ਵੀ ਆਓ ਬਈ ਬਿੱਲ ਬਣਾ ਦਈਏ ਤੁਹਾਡੇ ਪੈਸੇ, ਉਹ ਕਹਿੰਦੇ ਕਾਹਦਾ ਬਿੱਲ? ਉਹਨਾਂ ਨੇ ਪਿਸਤੌਲ ਕੱਢਿਆ ਤੇ ਪਿਸਤੌਲ ਦਿਖਾਇਆ ਇਹਨਾਂ ਨੂੰ ਤੇ ਉਦੋਂ ਬਾਅਦ ਉਹ ਭੱਜ ਗਏ ਜੀ। ਇਸ ਤੋਂ ਪਹਿਲਾਂ ਵੀ ਕਦੇ ਦੁਕਾਨ 'ਚ ਦੇਖਿਆ ਗਿਆ ਇਹਨਾਂ ਨੂੰ ਆਪਣੇ ਵਰਕਰਾਂ ਵੱਲੋਂ? ਉਧਰ ਦੂਜੇ ਪਾਸੇ ਜਾਣਕਾਰੀ ਮਿਲਦਿਆਂ ਹੀ ਮੌਕੇ ਤੇ ਪੁੱਜੀ ਪੁਲਿਸ ਨੇ ਦੁਕਾਨ ਮਾਲਕ ਦੇ ਬਿਆਨਾਂ ਦੇ ਆਧਾਰ ਤੇ 3 ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਂਜੀ ਹਾਂਜੀ, ਉਸ ਸੰਬੰਧੀ ਅਸੀਂ ਮੁਕੱਦਮਾ ਦਰਜ ਕਰ ਲਿਆ ਤੇ ਕੋਸ਼ਿਸ਼ ਹੈ ਵੀ ਜਲਦੀ ਜਲਦੀ ਅਸੀਂ ਟੇਸਟ ਕਰ ਲਾਂਗੇ, ਮੁਲਜ਼ਮ ਗ੍ਰਿਫਤਾਰ ਕਰ ਲਾਂਗੇ। ਸਰ, ਕਿੰਨੇ ਦੋਸ਼ੀਆਂ ਦੇ ਖਿਲਾਫ ਹੋਈ ਐਫਆਈਆਰ? ਇਹ 3 ਦੇ ਖਿਲਾਫ ਹੋਇਆ ਜੀ। ਇਸ ਅਜੀਬੋ ਗਰੀਬ ਲੁੱਟ ਦੀ ਵਾਰਦਾਤ ਨੂੰ ਦੇਖਣ ਤੋਂ ਬਾਅਦ ਮਨ ਵਿੱਚ ਇਹੀ ਸਵਾਲ ਉੱਠਦਾ ਹੈ ਕਿ ਆਖਿਰ ਮਾਮੂਲੀ ਜਿਹੀ ਚੀਜ਼ ਪਿੱਛੇ ਪਿਸਤੌਲ ਦਾ ਖੌਫ ਦੇਣਾ ਕਿੱਥੋਂ ਦੀ ਸਿਆਣਪ ਹੈ। ਮੰਡੀ ਬਰੀਵਾਲਾ ਤੋਂ ਸੋਨੂੰ ਖੇੜਾ ਤੇ ਸਤਨਾਮ ਸਿੰਘ ਦੀ ਰਿਪੋਰਟ, ਚੜ੍ਹਦੀ ਕਲਾ ਟਾਈਮ।